ਕਹਾਣੀ ਛੋਟੀ ਜੀ ਹੈ। ਜਦੋਂ ਜ਼ਮੀਨ ਦਾ ਇੰਤਕਾਲ ਹੁੰਦਾ ਤਾਂ ਬੰਦੇ ਦੇ ਨਾਂ ਹੋ ਜਾਂਦੀ ਹੈ, ਅਤੇ ਜਦੋਂ ਬੰਦੇ ਦਾ ਇੰਤਕਾਲ ਹੁੰਦਾ ਤਾਂ ਜ਼ਮੀਨ ਦੇ ਨਾਂ ਹੋ ਜਾਂਦਾ। ਪਰ ਇਹਨਾਂ ਦੇ ਵਿਚਾਲੇ ਪਾਣੀ ਹੈ। ਹਾਂਜੀ ਪ੍ਰਿੰਸੀਪਲ ਸਾਹਿਬ, ਠੰਡ ਬਹੁਤ ਹੈ, ਤੁਹਾਡੇ ਲਈ ਚਾਹ ਦਾ ਇੰਤਜ਼ਾਮ ਕਰਦੇ ਹਾਂ। ਪਾਣੀ, ਪੱਤੀ, ਖੰਡ, ਉੱਤਰੀ, ਲੈਚੀ ਤਾਂ ਭੁੱਲ ਹੀ ਗਿਆ, ਇਹ ਅੱਲਾ। ਸਰਕਾਰੀ ਹਸਪਤਾਲ ਦੀ ਲੈਬ ਵਿੱਚ ਅਸੀਂ ਇਹ ਕੰਮ ਨਹੀਂ ਕਰ ਸਕਦੇ, ਤੁਸੀਂ ਸਿਰਫ ਪੰਚਾਇਤੀ ਜਗ੍ਹਾ ਦੇਣੀ ਹੈ। ਅਰਜੀ ਦੀਆਂ ਕਾਪੀਆਂ ਭੇਜਣੀਆਂ ਤਾਂ ਕਿ ਆਪਣੇ ਪਿੰਡ ਦੀ 3-3.5 ਕਿੱਲੇ ਜ਼ਮੀਨ ਹੱਡਾ ਰੋੜੀ ਵਾਲੀ ਪਿੰਡ ਦੀ ਪੰਚਾਇਤ ਕੋਲ ਆਵੇ। ਕਿਉਂਕਿ ਆਉਣ ਵਾਲੇ ਸਮੇਂ ਮੇਂ ਇਨਮੇਂ ਸੇ ਬਹੁਤ ਸਾਰੀ ਚੀਜ਼ੇ ਐਸੀ ਹੈ ਜੋ ਠੁੱਟ ਸੇ ਵੀ। ਸਾਡੇ ਦੋ ਬੰਦੇ ਪਲਾਜ਼ਮਾ ਤਿਆਰ ਕਰਨਗੇ, ਡੁਪਲੀਕੇਟ, ਕੋਈ ਬੰਦਾ ਲੱਭਣਾ ਪੈਣਾ। ਪੂਰੇ ਇੱਥੇ ਨਾ ਇੱਥੇ ਕਾਂ ਹੁੰਦਾ, ਹੁਣ ਉਹ ਉੱਡੂਗਾ। ਉਹ ਤਾਂ ਰਾਕਸ਼ ਵਾਂਗੂ ਲੱਗਾ ਹੋਇਆ ਜੀ ਬੰਦੇ ਮਾਰਨ। ਸਵੇਰੇ ਪਿੰਡ ਵਾਲਿਆਂ ਦੀਆਂ ਅੱਖਾਂ ਮੁਰਗੇ ਦੀਆਂ ਬਾਂਗਾਂ ਨਾਲ ਨਹੀਂ, ਇਹਨਾਂ ਦੀਆਂ ਚੀਕਾਂ ਨਾਲ ਖੁੱਲੀਆਂ ਚਾਹੀਦੀਆਂ ਨੇ। ਓਏ ਚੌਂਕੀ ਚ ਅਫਸਰ ਬਦਲ ਗਏ ਨੇ, ਨਵੇਂ ਅਫਸਰ ਆ ਗਏ ਨੇ, ਸਾਰੀ ਉਮਰ ਤੇਰੇ ਤੇ ਭਾਰੀ ਪੈਣਾ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਮਰਿਆ ਹੋਇਆ। ਜੰਟੇ ਉਦੇ ਤੇਰੇ ਤੋਂ ਮੇਰੀ ਲੈਣਮੈਂਟ ਹੋਈ ਨਹੀਂ ਠੀਕ, ਮੈਂ ਤੈਨੂੰ ਦੱਸਦਾ ਵੀ ਕਿਵੇਂ ਹੋਊਗੀ। ਸਰਪੰਚ ਸਾਹਿਬ, ਪਿੰਡ ਦੇ ਮੋਤਵਾਰ ਬੰਦੇ ਤੇ ਕਾਕਾ ਜੀ ਦੀ ਇੰਗੇਜਮੈਂਟ, ਮੈਂ ਕਿਹਾ ਸ਼ਗਨ ਹੀ ਫੜਾਇਆ। ਅਸੀਂ ਹਰ ਵੇਲੇ ਤੁਹਾਡੇ ਨਾਲ ਖੜੇ ਹਾਂ। ਮੈਂ ਸੱਚੀ ਕਹਿਣਾ ਜੀ, ਮੈਨੂੰ ਕੁਝ ਵੀ ਨਹੀਂ ਪਤਾ ਮੈਡਮ ਜੀ। ਇਹ ਸਜ਼ਾ ਨਹੀਂ ਚੌੜ ਹੈ, ਸਜ਼ਾ ਤਾਂ ਦੇਣੀ ਹੈ ਹਜੇ। ਚੇਤਾ, ਜਦੋਂ ਅੰਦਰੋਂ ਕਚੀਚੀ ਉੱਠਦੀ ਹੈ ਨਾ ਤਾਂ ਜੀ ਕਰਦਾ ਸੂਰਜ ਨੂੰ ਚੱਬ ਕੇ ਸੁੱਟ ਦੇ।